ਤੁਸੀਂ ਜੁੜਤੋ ਕਿਉਂ 에ਸ਼ੀਆ ਪੰਜਾਬੀ ਟੀਵੀ ਨਾਲ ਮੈਂ ਗੁਰਦੇਵ ਸਿੰਘ ਪੱਟੀ ਤੇ ਅੱਜ ਅਸੀਂ ਰੂਬਰੂ ਹੋ ਰਹੇ ਹਾਂ ਬਾਲਯੋਗੀ ਆਪਣੇ ਬਾਲਯੋਗੀ ਬਾਬਾ ਪ੍ਰਗਟਨਾਥ ਜੀ ਨਾਲ ਜੋ ਕਿ ਅੱਜ 16 ਤਰੀਕ ਨੂੰ ਮਹਾਰਿਸ਼ੀ ਵਾਲਮੀਕ ਦੇ ਪ੍ਰਗਟ ਦਿਹਾੜੇ ਤੇ ਸ਼ੋਭਾ ਯਾਤਰਾ ਇਹਨਾਂ ਦੀ ਗਵਾਹੀ ਚ ਨਿਕਲ ਰਹੀ ਹੈ ਅਸੀਂ ਜੀ ਆਇਆਂ ਕਿਤੇ ਧੰਨਵਾਦ ਜੀ ਜੈ ਵਾਲਮੀਕ ਜੀ ਬਾਬਾ ਜੀ ਅਸੀਂ ਪੁੱਛਣਾ ਚਾਹਾਂਗੇ ਕਿ ਇਹ ਯਾਤਰਾ ਰੀਪੋਰਟ ਡੇਰੇ ਤੋਂ ਕਿੱਥੋਂ ਦੀ ਹੋ ਕੇ ਅੰਮ੍ਰਿਤਸਰ ਰਾਮਦੇਸ ਜਾਈਗੀ ਇਹ ਹਿੰਦੀ ਇਦਾਂ ਹੈਗਾ ਕਿ ਜਿਹੜੀ ਸਤਗੁਰਾਂ ਦੀ ਯਾਤਰਾ ਹੈਗੀ ਹੈ ਇਹ ਸਾਡੇ ਉਗੀ ਤੋਂ ਇਥੋਂ 10 ਵਜੇ ਸਟਾਰਟ ਹੋਏਗੀ ਹੈਗਾ ਲਾਂਬੜਾ ਕਨ ਸਾਬੂ ਹੈਗਾ ਤੇ ਮੇਨ ਜਿਹੜੀ ਯਾਤਰਾ ਨਿਕਲੇਗੀ ਹੈਗਾ ਉਹ ਭਗਵਾਨ ਵਾਲਮੀਕੀ પ્રાચીਨ ਭਗਵਾਨ ਵਾਲਮੀਕੀ ਮੰਦਿਰ ਆਲੀ ਮਹਿਲਾ ਤੋਂ ਨਿਕਲੇਗੀ ਔਰ ਇਥੇ ਜਿੰਨੇ ਕੀ ਬਾਬਾ ਜੀ ਮਹਾਰਾਜ ਸੰਤ ਨਿਰਮਲਦਾਸ ਜੀ ਮਹਾਰਾਜ ਗੰਗਾਦਾਸ ਜੀ ਮਹਾਰਾਜ ਬਾਬਾ ਕਮਲਕਿਸ਼ੋਰ ਜੀ ਬਾਬਾ ਦਰਸ਼ਨ ਦਾ ਜੀ ਮਾਰੇ ਅੰਮਰਸਰ ਵਾਲੇ ਤੇ ਹੋਰ ਬਹੁਤ ਸਾਰੇ ਇਥੇ ਮਹਾਂਪੁਰਸ਼ਾਂ ਨੇ ਆ ਗਏ ਹੋਰ ਵੀ ਸਮਾਜਿਕ ਰਾਜਨੀਤਿਕ ਲੋਕ ਅਫਸਰ ਵੀ ਉਥੇ ਪਹੁੰਚਣਗੇ ਤਾਂ ਕਿ ਭਗਵਾਨ ਵਾਲਮੀਕ ਜੀ ਮਹਾਰਾਜ ਜੀ ਦਾ ਜਿਹੜਾ ਉਥੋਂ ਦਾ ਸਵਾਗਤ ਹੈ ਉਹ ਬਹੁ ਵੱਡੇ ਪੱਧਰ ਤੇ ਕਰਕੇ ਔਰ ਫਿਰ ਯਾਤਰਾ ਜਿਹੜੀ ਹੈ ਅੰਮਰਸਰੋਂ ਲਗਭਗ 11:30 12 ਵਜੇ ਚਾਲੂ ਹੋਗੀ ਇਹ ਭਗਵਾਨ ਵਾਲਮੀਕ ਜੀ ਦੇ ਜਿਹੜੇ ਪ੍ਰਗਟ ਦਿਹਾੜੇ ਤੇ ਤੁਸੀਂ ਸ਼ੋਭਾ ਯਾਤਰਾ ਕੱਢ ਰਹੇ ਹੋ ਕਿ ਪ੍ਰਭੂ ਦਾ ਨਾਮ ਤੀਰਥ ਦਾ ਨਾਮ RAM ਤੀਰਥ ਆ ਤੇ ਪ੍ਰਭੂ ਦੇ ਨਾਮ ਤੇ ਕਿਉਂ ਨਹੀਂ ਰੱਖਿਆ ਗਿਆ ਵੀ RAM ਤੀਰਥ ਦਾ ਅਰਥ ਹੈਗਾ ਕਿ ਇੱਥੇ ਨਾ ਦੇਖੋ ਹੈਗਾ ਤਾਂ ਤੀਰਥ ਭਗਵਾਨ ਵਾਲਮੀਕ ਜੀ ਮਹਾਰਾਜ ਜੀ ਦਾ ਹੀ ਹੈ ਪਰ RAM ਚੰਦਰ ਵੀ ਉੱਥੇ ਤੀਰਥ ਕਰਨ ਆਉਂਦਾ ਰਿਹਾ ਹੈਗਾ RAM ਚੰਦਰ ਦਾ ਜਿਆਦਾ ਦੇਖੋ ਜਿੱਥੇ ਰਾਜੇ ਮਹਾਰਾਜ ਜਾਂਦੇ ਰਹਿੰਦੇ ਹੈਗੇ ਉਹਨਾਂ ਦੇ ਕਈ ਵਾਰੀ ਹੈਗਾ ਕਿ ਉਹਨਾਂ ਦਾ ਪ੍ਰਭਾਵ ਜਿਆਦਾ ਲੋਕਾਂ ਦੇ ਪੈ ਜਾਂਦਾ ਹੈਗਾ ਰਾਮ ਜੀ ਦਾ ਇਸ ਜਗ੍ਹਾ ਤੇ ਜਿਆਦਾ ਆਣਾ ਜਾਣਾ ਰਿਹਾ ਕਿਉਂਕਿ ਰਾਮ ਜੀ ਦੇ ਬੱਚੇ ਇੱਥੇ ਰਹਿੰਦੇ ਸਨ ਹਮੇਸ਼ਾ ਲਾ ਕੇ ਕਿ ਉਹ ਵੀ ਕੋਈ ਵੀ ਬਾਪ ਆਪਣੇ ਬੱਚਿਆਂ ਦੇ ਕੋਲ ਜਰੂਰ ਆਉਂਦਾ ਹੈਗਾ ਔਰ ਉਹਦੇ ਦੋਨੋਂ ਬੱਚੇ ਲਵਕੁਸ਼ ਵਾਲਮਿਕ ਜੀ ਮਹਾਰਾਜ ਦੇ ਚੇਲੇ ਸਨ ਤੇ ਇੱਥੇ ਹੀ ਰਹਿ ਹੈਗੇ ਆ ਤੀਰਤ ਦੇ ਉੱਪਰ ਹੈਗਾ ਇਸ ਕਰਕੇ ਆਪਣੇ ਬੱਚਿਆਂ ਨੂੰ ਮਿਲਣ ਵਾਸਤੇ ਉੱਥੇ ਉਹ ਲਗਾਤਾਰ ਆਉਂਦੇ ਰਹੇ ਔਰ ਕਈ ਵਾਰੀ ਇੱਥੇ ਕਿੰਨੇ ਕਿੰਨੇ ਦਿਨ ਤੱਕ ਵਾਲਮਿਕ ਜੀ ਮਹਾਰਾਜ ਦੀ ਸਰਨ ਚ ਰਹਿੰਦੇ ਰਹੇ ਆ ਕੇ ਇੱਥੇ ਉਹਨਾਂ ਦਾ ਜਿਆਦਾ ਇੱਥੇ ਆਣ ਜਾਣ ਦਾ ਕਾਰਨ ਇੱਥੇ ਦਾ ਜਿਹੜਾ ਨਾਂ ਹੈਗਾ ਆਰਾਮ ਤੀਰਤ ਪੈ ਗਿਆ ਹੈਗਾ। ਮਾਤਾ ਸੀਤਾ ਨੂੰ ਸ਼੍ਰੀ ਰਾਮ ਜਿੰਦਰ ਜੀ ਨੇ ਕਿਉਂ ਘਰ ਰੁਕੜਿਆ ਸੀਗਾ? ਉਹ ਸਾਰਿਆਂ ਨੂੰ ਪਤਾ ਹੀ ਹੈ। ਇਸ ਕਰਕੇ ਮਾਤਾ ਮਾਤਾ ਸੀਤਾ ਜੀ ਦੇ ਦੇਖੋ ਕਈ ਕਿਉਂਕਿ ਉਹ ਦੱਸਦੇ ਤਾਂ ਇਦਾਂ ਹੈਗਾ ਕਿ ਧੋਬੀ ਨੇ ਉਹਨੂੰ ਕਹਿਤਾ ਹੈਗਾ ਕਿ ਸੀਤਾ ਜੀ ਰਾਵਣ ਕੋਲ ਰਹਿ ਕੇ ਆਈ ਹੈਗੀ ਹੈ ਤੇ ਪਵਿੱਤਰ ਨਹੀਂ ਹੈਗੀ ਤੇ ਸਾਡੇ ਸਾਰੇ ਸ਼ਹਿਰ ਵਿੱਚ ਜੇ ਕਿ ਇਦਾਂ ਉਹ ਤੇ ਅਲੀਕੇਸ਼ਨ ਲੱਗ ਰਿਹਾ ਹੈਗੇ ਆ ਵੀ ਉਹ ਐਸਟੀਐਮ ਜਿਹੜਾ ਹੈਗਾ ਕਿ ਹਾਲਾਤ ਦੇ ਮੁਤਾਬਕ ਉਹ ਦਿਨ ਨੇ ਦਿਆ ਹੋਰੀ RAM ਦੀ ਹੈਗਾ ਇਹਨੂੰ ਧਿਆਨ ਚ ਰੱਖਦੇ ਆ ਉਹਨਾਂ ਨੇ ਸੀਤਾ ਮਾਤਾ ਨੂੰ ਤਾਂ ਵੈਸੇ ਮਹਾਪੁਰਖ ਤਾਂ ਕਹਿੰਦੇ ਸੀਤਾ ਮਾਤਾ ਜਦੋਂ ਭਗਵਾਨ ਵਾਲਮੀਕ ਜੀ ਮਹਾਰਾਜ ਦੀ ਕੋਟਿਆ ਚ ਆਏ ਸਨ ਨਾ ਜਦੋਂ ਬਨਵਾਸ ਤੇ ਸਮੇਂ ਆਏ ਐ ਔਰ ਉਦੋਂ ਉਹਨਾਂ ਨੇ ਵਾਲਮੀਕ ਜੀ ਮਹਾਰਾਜ ਦੀ ਜਿਹੜੀ ਉਹਨਾਂ ਦੀ ਵਿਦਤਾ ਉਹਨਾਂ ਦਾ ਜਿਹੜਾ ਭਗਤੀ ਭਾਵ ਉਹਨਾਂ ਦੇ ਵਿੱਚ ਜਿਹੜੀ ਸਹਿਨਸੀਲਤਾ ਪ੍ਰਤਾਪ ਦੇਖਿਆ ਤੇ ਉਹਨਾਂ ਨੇ ਮਨ ਵਿੱਚ ਧਾਰਨ ਕੀਤਾ ਸੀ ਜੇ ਕਿਸ ਸਮੇਂ ਮੈਨੂੰ ਕਿਸੇ ਸਮਾਂ ਮਿਲੇ ਮੈਂ ਭਗਵਾਨ ਵਾਲਮੀਕ ਮਹਾਰਾਜ ਦੇ ਚਰਨਾਂ ਚ ਰਵਾਂ ਔਰ ਮੇਰੇ ਬੱਚਾ ਨੇ ਵੀ ਉਹ ਸਿੱਖਿਆ ਮਿਲੇ ਜਿਹੜੀ ਭਗਵਾਨ ਵਾਲਮੀਕ ਜੀ ਮਾਰਾ ਹੋਰ ਉਹਨੂੰ ਦੇ ਰਿਹਾ ਹੈਗੇ ਇਸ ਕਰਕੇ ਗੁਰੂ ਮਾਰਾ ਦੇ ਅਸੀਰਵਾਦ ਸਦਕਾ ਹੀ ਚਲੋ ਉਹਨੂੰ ਉਹਦੇ ਇੱਕ ਬਹਾਨਾ ਸੀਦਾ ਸੀਤਾ ਵੀ ਇੱਕ ਸ਼ਕਤੀ অবতার ਸੀ ਮਾਰਾ ਜੋ ਵੀ ਹੈਗਾ ਉਹਨਾਂ ਨੇ ਭਗਵਾਨ ਬਾਲਮੀਕ ਜੀ ਮਾਰਾ ਦੇ ਚਰਨਾਂ ਵਿੱਚ ਰਹਿ ਕੇ ਕਿਉਂਕਿ ਸੀਤਾ ਚਾਹੁੰਦੀ ਹੈਗਾ ਦੇਖੋ ਇੱਕ ਜਦੋਂ ਘਰ ਵਾਲੀ ਕੋਈ ਵੀ ਆਦਮੀ ਨਾਲ ਗੁੱਸੇ ਹੁੰਦੀ ਹੈ ਔਰ ਸਭ ਤੋਂ ਪਹਿਲਾਂ ਉਹ ਆਪਣੇ ਪੇਕੇ ਜਾਂਦੀ ਹੈ ਆਪਣੇ ਬਾਪ ਨੂੰ ਮਾਪ ਨੂੰ ਚੁੰਨਦੀ ਹੈਗੀ ਜੇ ਬਾਪ ਨਹੀਂ ਤਾਂ ਭਰਾ ਨੂੰ ਚੁਣਦੀ ਹੈ ਭਰਾ ਕੋਲ ਜਾਂਦੀ ਹੈ ਜੇ ਭਰਾ ਨਹੀਂ ਤਾਂ ਚਾਚੀ ਤਾਈ ਮਾਸੀ ਕਿਸੇ ਨੂੰ ਵੀ ਚੁਣਦੀ ਹੈ ਪਰ ਸੀਤਾ ਮਾਤਾ ਨੇ ਨਾ ਆਪਣੇ ਕਿਸੇ ਚਾਚੇ ਨੂੰ ਨਾ ਚਾਚੀ ਨੂੰ ਨਾ ਆਪਣੇ ਬਾਪ ਨੂੰ ਚੁਣਿਆ ਉਹਨਾਂ ਨੇ ਕਿਹਾ ਕਿ ਮੈਨੂੰ ਭਗਵਾਨ ਵਾਲਮੀਕ ਜੀ ਮਹਾਰਾਜ ਦੀ ਕੋਠੀਆ ਤੇ ਛੱਡ ਦਿਓ ਕਿਹੜੇ ਕਿਹੜੇ ਮਹਾਪੁਰਸ਼ਾਂ ਦੀ ਗਵਾਈ ਵਿੱਚ ਹੋ ਰਿਹਾ ਹੈ ਪ੍ਰੋਗਰਾਮ ਸ਼ੋਭਾ ਯਾਤਰਾ ਮੇਹਰ ਤੁਹਾਡੀ ਗਵਾਈ 'ਚ ਹੋ ਰਿਹਾ ਹੈ ਕਿਹੜੇ ਕਿਹੜੇ ਮਹਾਪੁਰਸ਼ ਆ ਰਹੇ ਨੇ ਹਾਂ ਮਹਾਰਾਜ ਜੀ ਆਏ ਦਰਸ਼ਨ ਦਾ ਹਾਜੀ ਮਹਾਰਾਜ ਟਾਂਗਰੇ ਤੋਂ ਆਏ ਹੈਗੇ ਇਹ ਮਹਾਰਾਜ ਜੀ ਤੋ ਆਸ਼ਰਮ ਹੈਗਾ ਬਹੁਤ ਵੱਡਾ ਮਹਾਰਾਜੀ ਦਾ ਹੈਗਾ ਹਾਂ ਤੇ ਬਾਬਾ ਜੀ ਦਿਦਾਰ ਸ਼ਾਹ ਜੀ ਮਹਾਰਾਜੀ ਹੈਗਾ ਬਾਬਾ ਨਰਮਲ ਦਾਸ ਜੀ ਮਹਾਰਾਜ ਗੰਗਾ ਦਾਸ ਜੀ ਮਹਾਰਾਜੀ ਤੇ ਬਾਬਾ ਜੀਵਨ ਨਾਥ ਜੀ ਬਾਬਾ ਭਾਗਨਾਥ ਜੀ ਮਹਾਰਾਜ ਤੇ ਬਾਬਾ ਸ਼ਿਵਨਾਥ ਜੀ ਮਹਾਰਾਜ ਪਪਾ ਭੀਮ ਨਾਥ ਜੀ ਮਹਾਰਾਜ ਸਾਰੇ ਮਹਾਪੁਰਸ਼ਾਂ ਨਾਲ ਮਿਲ ਕੇ ਜਾ ਰਿਹਾ ਹੈਗੇ ਆ ਸੰਗਤ ਨਾਥ ਜੀ ਮਹਾਰਾਜ ਤੇ ਸਾਰੇ ਮਹਾਪੁਰਸ਼ਾਂ ਦੀ ਗਵਾਈ ਚ ਯਾਤਰਾ ਨਿਕਲ ਰਹੀ ਹੈ ਔਰ ਉਹਦੇ ਵਿੱਚ ਸਮਾਜਿਕ ਧਾਰਮਿਕ ਰਾਜਨੀਤਿਕ ਸਾਰੇ ਲੋਕ ਉੱਥੇ ਆਣੇ ਹੈਗੇ ਆ ਪਰ ਜਿਹੜੀ ਯਾਤਰਾ ਲਿਗਨ ਲਈ ਉਹ ਮਹਾਪੁਰਸ਼ਾਂ ਦੀ ਹਾਜ਼ਰੀ ਚ ਨਿਕਲ ਰਹੀ ਹੈ ਇਹ ਸਾਨੂੰ ਸਾਡੇ ਨਾਲ ਰੂਬਰੂ ਹੋਏ ਬਾਲਯੋਗੀ ਬਾਬਾ ਪ੍ਰਗਨਾਥ ਜੀ ਜਿਨ੍ਹਾਂ ਨੇ